ਰਹਿਣੇ ਤੇ ਕਿਆਮਤ ਤੱਕ ਸੁਰਖਰੂ ਰਹਿਣਾ, ਸਾਡੀਆਂ ਨਸਲਾਂ ਵੀ ਰਹਿਣਾ। ਨਾਜ਼ ਕਰਨਗੇ ਜਿਸ ਵੇਲੇ ਬੜੇ ਬੜੇ ਲੋਕ ਲੰਮੇ ਪੈ ਗਏ, ਜਿਵੇਂ ਬੜੇ ਬੜੀਆਂ ਗੱਦੀਆਂ ਲੰਮੀਆਂ ਪੈ ਗਈਆਂ, ਬੜੇ ਬੜੇ ਸ਼ੇਖ ਉਲ ਹਦੀਸ ਤੇ ਸ਼ੇਖ ਉਲ ਤਫਸੀਰ ਲੰਮੇ ਪੈ ਗਏ, ਆਪਣੇ ਆਪ ਨੂੰ ਬੜੇ ਬੜੇ ਕਾਇਦ ਕਹਿਣ ਵਾਲੇ ਲੰਮੇ ਪੈ ਗਏ। ਇਸਲਾਮ ਤੇ ਫਿਰ ਗੈਰਤ ਵਾਲਾ ਦੀਨ ਹੈ ਨਾ, ਜਦੋਂ ਲੋਕਾਂ ਸਮਝਿਆ ਕਿ ਸਾਡੇ ਕਦ ਬੁੱਤ ਤੇ ਅਸੀਂ ਚੱਲਣ ਵਾਲੇ ਤੇ ਬੜੇ ਬੜੇ ਜਨਾਬ ਕਦਾਵਰ ਤੇ ਸਾਡੇ ਕੋਲ 10 ਲੱਖ ਮੁਰੀਦ ਤੇ 50 ਲੱਖ ਮੁਰੀਦ, ਜਦੋਂ ਅੰਦਰ ਵੜ ਗਏ ਇਸਲਾਮ ਤੇ ਫਿਰ ਗੈਰਤ ਵਾਲਾ ਉਹ ਪੈਰਾਂ 'ਚ ਤੇ ਪੈਂਦਾ ਨਹੀਂ। ਬਿਲਾਲ ਅਜ਼ ਹਬ ਸੁਹੈਬ ਅਜ਼ ਰੂਮ, ਸਲਮਾਨ ਅਜ਼ ਫਾਰਿਸ ਔਰ ਬੁਲਾਬ ਅਜ਼ ਮੱਕਾ ਹੀ ਚਿਬੁਲ ਅਜਬੀਸ, ਆ ਉਹ ਫਿਰ ਪੈਰਾਂ 'ਚ ਨਹੀਂ ਪੈਂਦਾ। ਯਾ ਰਸੂਲ ਅੱਲਾ ਤਵੱਜੋ, ਪੈਰਾਂ 'ਚ ਪੈਂਦਾ ਨਹੀਂ ਇਸਲਾਮ। ਇਸਲਾਮ ਦੀ ਤਾਂ ਗੈਰਤ ਦਾ ਮੁਜ਼ਾਰਾ ਹੈ ਕਿ ਇੱਕ ਬੰਦਾ ਵੀਲ ਚੇਅਰ ਤੇ ਬੈਠੇ ਹੋਵੇ, ਇਸਲਾਮ ਤਾਂ ਉਹਦੇ ਕੋਲੋਂ ਕੰਮ ਲੈ ਲੈਂਦਾ। ਹੁਣ ਰੋਂਦੇ ਨੇ, ਹੁਣ ਹਸਦ ਦਾ ਸ਼ਿਕਾਰ ਆਉਂਦੇ ਨੇ, ਜਿੱਥੇ ਬਹਿੰਦੇ ਨੇ ਲਬੈਕ ਦੇ ਖਿਲਾਫ ਗੱਲ ਕਰਦੇ ਨੇ। ਮੈਂ ਕਿਹਾ ਟਾਈਮ ਇੱਕ ਲੰਮੇ ਦਾ ਆਉਂਦਾ, ਬੰਦਾ ਇੰਝ ਹੁਣ ਆਉਂਦਾ ਜਾਂ ਇੰਝ ਹੁਣ ਆਉਂਦਾ, ਕੋਈ ਘੰਟਿਆਂ ਦੇ ਫੈਸਲੇ ਨਹੀਂ ਆਉਂਦੇ। ਉਹ ਇੱਕ ਲੰਮੇ ਦਾ ਫੈਸਲਾ ਸੀ ਕਿ ਖਤਮੇ ਨਬੂਵਤ ਉੱਤੇ ਪੈਰਾ ਕਿਹਨੇ ਦੇਣਾ। ਆ ਜਾਂਦੇ ਉੱਥੇ ਬਹਿ ਜਾਂਦੇ ਜਿਵੇਂ ਅਸੀਂ ਜਨਾਬ ਖੈਮੇ 'ਚ ਬਹਿ ਗਏ ਸੀ, ਉੱਥੇ ਹਾਜ਼ਰੀਆਂ ਤੇ ਐਸਾ ਨਹੀਂ, ਮੌਲੀ ਖਾਦਮ ਦਾ ਕੋਈ ਪੁੱਤਰ ਦਾ ਵਲੀਮਾ ਤੇ ਆਇਆ ਨਹੀਂ ਕਿ ਉੱਥੇ ਹਾਜ਼ਰੀ ਲਵਾ ਕੇ ਜਾ ਰਹੇ, ਅਸੀਂ ਜੀ ਜ਼ਮੀਨ ਤੇ ਸੁੱਤੇ, ਤੁਸੀਂ ਵੀ ਸੌ ਜਾਂਦੇ। ਉਹ ਟਾਈਮ ਤੇ ਕਿਆ ਗੁਜ਼ਰ, ਹੁਣ ਰੋਣ ਦਾ ਕੋਈ ਫਾਇਦਾ ਨਹੀਂ, ਹੁਣ ਤੁਸੀਂ ਰੋਣਾ, ਤੁਹਾਡੀਆਂ ਨਸਲਾਂ ਵੀ ਰੋਣਾ। ਇਸ ਵਾਸਤੇ ਤੁਸੀਂ ਕਹੇ ਰਸੂਲੁੱਲਾਹ ਨਾਲ ਬੇਵਫਾਈ ਕੀਤੀ, ਖਾਦਾ ਸਾਰੀ ਜ਼ਿੰਦਗੀ ਹਜ਼ੂਰ ਦੇ ਨਾਂ ਦਾ, ਇਸ ਤਾਂ ਹਜ਼ੂਰ ਦੇ ਨਾਂ ਦੀਆਂ ਮੁਰੀਦ ਹਜ਼ੂਰ ਦੇ ਨਾਂ ਤੇ ਬਣਾਏ, ਜਦੋਂ ਔਖਾ ਵੇਲਾ ਆਇਆ ਤੇ ਲੰਮੇ ਪੈ ਗਏ। ਬਿਲਕੁਲ ਸਾਡੇ ਹੱਥ ਇੰਜਨ ਜਿਹਨੂੰ ਬਹੁਤ ਤਕਲੀਫ ਹੈ, ਅਸੀਂ ਹਾਜ਼ਰ ਹਰ ਵੇਲੇ।